ਸਿਕਾਲ ਜੀ ਜਿਵੇਂ ਤੁਹਾਨੂੰ ਪਤਾ ਹੈ ਕਿ ਦੇਸ਼ ਦੀ ਆਜ਼ਾਦੀ ਦੇ ਜਿਹੜੇ 75ਵਾਂ ਜਿਹੜਾ ਦਿਵਸ ਆ ਰਿਹਾ ਉਹਦੇ 'ਤੇ ਜਿਹੜੀ ਮਾਨ ਸਾਹਿਬ ਦੀ ਸਰਕਾਰ ਹੈ ਪੰਜਾਬ ਦੀ ਉਹ 75 ਜਿਹੜੇ ਮੁਹੱਲਾ ਕਲੀਨਿਕ ਹੈ ਪੰਜਾਬ ਦੇ ਲੋਕਾਂ ਦੀ ਸਹੂਲਤ ਲਈ ਜਿਹੜੇ ਪੰਜਾਬ ਦੇ ਲੋਕਾਂ ਨੂੰ ਦੇਣ ਜਾ ਰਹੀ ਹੈ। ਪਰ ਪਿਛਲੇ ਕੁਝ ਦਿਨਾਂ ਤੋਂ ਵਿਰੋਧੀ ਪਾਰਟੀਆਂ ਵੱਲੋਂ ਬੜੇ ਹਲਕੀ ਕਿਸਮ ਦੀ ਰਾਜਨੀਤੀ ਹੋ ਰਹੀ ਹੈ। ਰੋਜ਼ ਬਿਆਨਬਾਜ਼ੀ ਆ ਰਹੀ ਹੈ ਕਿ ਜੀ ਇਹਨਾਂ ਨੇ ਤਾਂ ਜਿਹੜੇ ਪੁਰਾਣੇ ਸੁਵਿਧਾ ਕੇਂਦਰ ਪਏ ਸੀਗੇ ਉਹਨਾਂ ਵਿੱਚ ਜਿਹੜਾ ਇਹ ਮੁਹੱਲਾ ਕਲੀਨਿਕਾਂ ਖੋਲ੍ਹ ਰਹੇ ਆ। ਸੋ ਮੈਂ ਪੰਜਾਬ ਦੇ ਵਾਸੀਆਂ ਨੂੰ ਦੱਸਣਾ ਚਾਹੁੰਦਾ ਕਿ ਇੱਕ ਵੀ ਕੋਈ ਵੀ ਜਿਹੜਾ ਸੁਵਿਧਾ ਕੇਂਦਰ ਜਿਹੜਾ ਚੱਲ ਰਿਹਾ ਕਿਸੇ ਨੂੰ ਜਿਹੜਾ ਬੰਦ ਨਹੀਂ ਕੀਤਾ ਗਿਆ। ਐਕਚੁਅਲ 'ਚ ਜਿਹੜੀ ਇਹ ਕਹਾਣੀ ਇਹ ਹੈ ਕਿ ਪਿਛਲੇ ਸਮੇਂ 'ਚ ਤਕਰੀਬਨ 1500 ਤੋਂ ਜ਼ਿਆਦਾ ਤਕਰੀਬਨ 1600 ਜਿਹੜੇ ਸੁਵਿਧਾ ਕੇਂਦਰ ਨੇ ਉਹ ਪਿਛਲੇ ਲੰਬੇ ਸਮੇਂ 'ਚ ਜਿਹੜੇ ਬੰਦ ਪਏ ਉਹਨਾਂ ਦੇ ਬੰਦ ਕਰਨ ਦਾ ਕਾਰਨ ਇਹ ਸੀਗਾ ਕਿਉਂਕਿ ਕੁਛ ਕੁ ਸੁਵਿਧਾ ਕੇਂਦਰ ਕਰੋੜਾਂ ਰੁਪਇਆ ਲਾ ਕੇ ਇੱਦਾਂ ਦੇ ਬਣਾ ਦਿੱਤੇ ਗਏ ਜਿੱਥੇ ਪੂਰੇ ਦਿਨ 'ਚ ਇੱਕ ਵੀ ਕਹਿ ਲਓ ਕੋਈ ਵਿਅਕਤੀ ਉੱਥੇ ਸੁਵਿਧਾ ਲੈਣ ਦੇ ਲਈ ਆਉਂਦਾ ਨਹੀਂ, ਜਿਹਦੇ ਕਰਕੇ ਉਹ ਸਰਕਾਰਾਂ ਨੇ ਪਿਛਲੀਆਂ ਨੇ ਬੰਦ ਕਰ ਤੇ ਉਹਨਾਂ 'ਤੇ ਪੰਜਾਬ ਦੇ ਲੋਕਾਂ ਦਾ ਤਕਰੀਬਨ 414 ਕਰੋੜ ਰੁਪਇਆ ਉਹਨਾਂ ਸੁਵਿਧਾ ਕੇਂਦਰਾਂ 'ਤੇ ਲੱਗਿਆ। ਕਿਉਂਕਿ ਨਾ ਪਿਛਲੇ ਸਮੇਂ 'ਚ ਮੈਂ ਇਹ ਵਿਧਾਨ ਸਭਾ 'ਚ ਹੀ ਬੋਲਿਆ ਸੀ, ਇਕੱਲੇ ਸੁਵਿਧਾ ਕੇਂਦਰ 'ਤੇ ਨਹੀਂ, ਕੋਈ ਵੀ ਜਿਹੜਾ ਕੋਈ ਮੰਤਰੀ ਹੁੰਦਾ ਸੀਗਾ ਜ਼ਿਆਦਾਤਰ ਮੰਤਰੀ ਉਹਨਾਂ ਦਾ ਧਿਆਨ ਇੱਕੋ ਚੀਜ਼ 'ਤੇ ਹੁੰਦਾ ਸੀ ਵੀ ਕੋਈ ਇਨਫਰਾਸਟ੍ਰਕਚਰ ਹੈ ਜਿਹੜਾ ਉਹ ਵੱਧ ਤੋਂ ਵੱਧ ਬਣਾਇਆ ਜਾਵੇ। ਉਹਦਾ ਕਾਰਨ ਕੀ ਸੀਗਾ? ਕਿਉਂਕਿ ਉਹਦੇ 'ਚੋਂ ਫਿਰ ਕਮਿਸ਼ਨ ਆਉਂਦੇ ਸੀ, ਪੈਸਾ ਬਣਦਾ ਸੀ। ਮੈਂ ਵਿਧਾਨ ਸਭਾ 'ਚ ਬੋਲਿਆ ਸੀਗਾ ਕਿ ਮਾਲਪੁਰ ਜਿੱਥੇ ਜਿਹਨੂੰ ਫੁੱਟਬਾਲ ਦਾ ਮੱਕਾ ਕਿਹਾ ਜਾਂਦਾ ਪਿਛਲੇ ਦਿਨ ਉੱਥੇ ਵਿਜ਼ਿਟ ਕੀਤਾ, ਉਹ ਸਾਰਾ ਕੰਮ ਸੁੱਕਾ ਪਿਆ। ਕਾਰਨ ਕਹਿੰਦੇ ਜੀ 7000 ਰੁਪਇਆ ਇੱਥੇ ਮੋਟਰ ਦਾ ਬਿੱਲ ਹੈ ਉਹ ਨਹੀਂ ਭਰਿਆ ਗਿਆ ਜਿਹਦੇ ਕਰਕੇ ਮੋਟਰ ਬੰਦ ਹੈ, ਬਿਜਲੀ ਬੰਦ ਹੈ ਅਤੇ ਗਰਾਊਂਡ ਸੁੱਕ ਗਿਆ। ਅਤੇ ਦੂਜੇ ਪਾਸੇ ਉਹੀ ਗਰਾਊਂਡ ਦੇ ਵਿੱਚ 2.5 ਕਰੋੜ ਰੁਪਇਆ ਲੱਗ ਜਿਹੜੀ ਬਿਲਡਿੰਗ ਹੈ ਉਹ ਤਿਆਰ ਜਿਹੜੀ ਕੀਤੀ ਜਾ ਰਹੀ। ਇੱਕ ਪਾਸੇ 7000 ਰੁਪਇਆ ਨੇ ਬਿਜਲੀ ਦੇ ਬਿੱਲ ਭਰ ਲਓ, ਦੂਜੇ ਪਾਸੇ ਬਿਲਡਿੰਗ ਦੇ 2.5 ਕਰੋੜ ਲੱਗ ਰਿਹਾ। ਕਾਰਨ ਕਿਉਂਕਿ ਉੱਥੋਂ ਪੈਸੇ ਬਣਦੇ ਆ, ਕਮਿਸ਼ਨ ਬਣਦੇ ਆ। ਆਈ ਬਿਨਾਂ ਕੋਈ ਸਰਵੇ ਕੀਤੇ ਸੈਂਕੜੇ ਹਜ਼ਾਰਾਂ ਦੇ ਜਿਹੜੇ ਸੁਵਿਧਾ ਕੇਂਦਰ ਬਣਾ ਦਿੱਤੇ ਗਏ ਜੋ ਪਿਛਲੇ 6-7 ਸਾਲ ਤੋਂ ਲਗਾਤਾਰ ਬੰਦ ਪਏ ਸੀ ਅਤੇ ਲੋਕਾਂ ਦੀਆਂ ਜਿਹੜੇ ਟੈਕਸ ਦਾ ਪੈਸਾ ਸੀ ਉਹਦੀ ਵੇਸਟੇਜ ਹੋ ਰਹੀ ਸੀ। ਆਹ ਤੁਸੀਂ ਬੜੀ ਜਗ੍ਹਾ 'ਤੇ ਤੁਹਾਡੇ ਪਿੰਡਾਂ 'ਚ ਹੀ ਬਣੇ ਹੋਣਗੇ, ਆਹ ਦੇਖੋ ਉਹ ਖੰਡਰ ਬਣਦੇ ਜਾਂਦੇ ਸੀ ਜਿਹੜੀਆਂ ਬਿਲਡਿੰਗਾਂ 'ਚ ਏ ਸੀ ਲੱਗੇ ਸੀ ਉਹਨਾਂ 'ਚ, ਆਹ ਜਿਹੜਾ ਫਰਨੀਚਰ ਹੈ ਇਹ ਲੱਗਿਆ ਸੀਗਾ ਅਤੇ ਤਕਰੀਬਨ 25-25 ਲੱਖ ਰੁਪਇਆ ਹਰ ਇੱਕ ਜਿਹੜਾ ਸੁਵਿਧਾ ਕੇਂਦਰ 'ਤੇ ਉਹ ਲੱਗਿਆ ਸੀ। ਹੁਣ ਤੁਸੀਂ ਦੇਖੋ ਜੇ ਅਸੀਂ ਕਿਹਾ ਸੀ ਵੀ ਭਾਈ ਅਸੀਂ ਮੁਹੱਲਾ ਕਲੀਨਿਕ ਬਣਾਉਂਦੇ, ਜੇ ਅਸੀਂ ਆਹ ਜਿਹੜੀਆਂ ਲੋਕਾਂ ਦੇ ਪੈਸੇ ਨਾਲ ਬਣੀਆਂ ਬਿਲਡਿੰਗਾਂ ਖੰਡਰ ਹੋ ਰਹੀਆਂ ਨੇ ਜੇ ਇਹਨਾਂ ਨੂੰ ਹੀ ਅਸੀਂ ਵਰਤ ਲਿਆ ਦੁਬਾਰਾ ਇਹਦੇ 'ਚ ਕੀ ਗਲਤੀ ਕਰਤੀ, ਕੀ ਨੁਕਸਾਨ ਕਰਤਾ ਲੋਕਾਂ ਦਾ? ਹਾਂ ਜੇ ਤਾਂ ਅਸੀਂ ਇਹਨਾਂ ਦੇ ਮੰਤਰੀਆਂ ਵਰਗੇ ਹੁੰਦੇ ਕਹਿੰਦੇ ਵੀ ਨਾ ਪੁਰਾਣੀ ਬਿਲਡਿੰਗ ਨਹੀਂ ਨਵੀਆਂ ਬਿਲਡਿੰਗਾਂ ਬਣਾਵਾਂਗੇ ਸਾਰੀਆਂ, ਅਤੇ ਨਵੀਆਂ ਕੋਈ ਅਸੀਂ ਜੇਬ 'ਚੋਂ ਬਣਾਉਣੀਆਂ ਸੀ ਜਾਂ ਜਿਹੜੇ ਆਹ ਪਹਿਲਾਂ ਜਿਹੜੇ ਕੋਈ ਬਾਦਲ ਵਰਗੇ ਜਿਨ੍ਹਾਂ ਨੇ ਇਹ ਸੁਵਿਧਾ ਕੇਂਦਰ ਬਣਾਏ ਸੀ ਉਹਨਾਂ ਨੇ ਕਿਹੜਾ ਜੇਬ 'ਚੋਂ ਬਣਾਏ ਸੀ? ਪਹਿਲਾਂ ਲੋਕਾਂ ਦੇ ਸੀ ਨਾ, ਜੇ ਅਸੀਂ ਨਵੀਆਂ ਬਣਾਉਣ ਲੱਗ ਜਾਂਦੇ ਅਸੀਂ ਵੀ ਲੋਕਾਂ ਦੇ ਪੈਸੇ ਨਾਲ ਬਣਾਉਣੀਆਂ ਸੀ, ਕਿਉਂਕਿ ਸਾਡੀ ਨੀਅਤ 'ਚ ਵੋਟ ਨਹੀਂ, ਸਾਨੂੰ ਕੋਈ ਲਾਲਚ ਨਹੀਂ ਭਾਈ ਅਸੀਂ ਨਵੀਆਂ ਬਿਲਡਿੰਗਾਂ 'ਚੋਂ ਕਮਿਸ਼ਨ ਲਵਾਂਗੇ। ਇਸੇ ਕਰਕੇ ਅਸੀਂ ਜਿਹੜੀਆਂ ਖੰਡਰ ਹੋ ਚੁੱਕੀਆਂ ਬਿਲਡਿੰਗਾਂ ਨੇ ਇਹਨਾਂ ਨੂੰ ਵਰਤ ਕੇ ਲੋਕਾਂ ਦੀ ਸਹੂਲਤ ਲਈ ਜਿਹੜਾ ਅਸੀਂ ਇਹ ਬਿਲਡਿੰਗਾਂ ਜਿਹੜੀਆਂ ਉਹ ਵਰਤਦੇ ਹਾਂ ਜਿੱਥੇ ਲੋਕਾਂ ਦਾ ਲਾਲਚ ਵੀ ਹੋਊਗਾ, ਜਿੱਥੇ ਲੋਕਾਂ ਦੇ ਟੈਸਟ ਵੀ ਹੋਣਗੇ ਅਤੇ ਲੋਕਾਂ ਨੂੰ ਆਪਣੇ ਘਰਾਂ ਦੇ ਨੇੜੇ ਜਿਹੜੀ ਹੈ ਸਹੂਲਤ ਮਿਲੇ।